ਵੱਡੀ ਖਬਰ ਰਾਜਸਥਾਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੀਪਰ ਜੋਹ ਤੂਫਾਨ ਨੇ ਕਹਿਰ ਮਚਾ ਦਿੱਤਾ ਹੈ ਇਸ ਦੇ ਚੱਲਦਿਆਂ ਪੰਜ ਜ਼ਿਲ੍ਹਿਆਂ ਦੇ ਵਿੱਚ ਹਰ ਜੇ ਹਾਲਾਤ ਬਣ ਗਏ ਨੇ ਤੇ ਸੂਬੇ ਦੇ ਸੈਂਕੜੇ ਪਿੰਡਾਂ ਦੇ ਵਿੱਚ ਬਿਜਲੀ ਗੁੱਲੈ ਤੇਜ਼ ਹਵਾਵਾਂ ਤੇ ਮੀਂਹ ਕਾਰਨ ਜਿਹੜੀ ਬਿਜਲੀ ਹੈ ਉਸ ਦੇ ਵਿੱਚ ਰੁਕਾਵਟ ਆ ਰਹੀ ਹੈ ਕਈ ਜਗ੍ਹਾ ਤੇ ਤਾਰਾਂ ਤੇ ਖੰਬਿਆਂ ਦਾ ਨੁਕਸਾਨ ਹੋਣ ਦੇ ਚੱਲਦਿਆਂ ਬਿਜਲੀ ਜਿਹੜੀ ਹੈ ਕਈ ਦਿਨਾਂ ਤੋਂ ਗੁੱਲੈ ਹੈ ਤੇ ਲਗਾਤਾਰ ਜਿਹੜੇ ਮੀਂਹ ਉਸਨੇ ਹਾਣਾ ਜੇ ਹਾਲਾਤ ਬਣਾ ਦਿੱਤੇ ਨੇ ਤੇ ਉਧਰ ਹੁਣ ਤੱਕ ਇਸ ਸੂਬੇ ਦੇ ਵਿੱਚ ਇਸ ਹਾਲਾਤ ਦੇ ਚੱਲਦਿਆਂ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਉਧਰ ਇੱਕ ਵਿਅਕਤੀ ਦੀ ਵੀਡੀਓ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜੋ ਕਿ ਸਕੂਟੀ ਦੇ ਸਮੇਤ ਜਿਹੜਾ ਹੈ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਸਕੂਟੀ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਫਿਰ ਇਸ ਦੇ ਨਾਲ ਹੀ ਉਹ ਖੁਦ ਪਾਣੀ ਦੇ ਵਿੱਚ ਰੁੜ ਜਾਂਦਾ ਹੈ ਹਾਲਾਤ Rajasthan ਦੇ ਵਿੱਚ ਇਸ ਵੇਲੇ ਖਰਾਬ ਹੋ ਚੁੱਕੇ ਨੇ ਤੇ ਉਧਰ ਇਹ ਤੂਫਾਨ ਹੁਣ ਹੌਲੀ-ਹੌਲੀ Haryana ਦੇ ਵਿੱਚ ਵੀ ਵਧਦਾ ਹੋਇਆ ਦਿਖਾਈ ਦੇ ਰਿਹਾ ਹੈ ਸੋ ਇਸ ਦੇ ਚੱਲਦਿਆਂ orange alert ਜਿਹੜਾ ਜਾਰੀ ਕਰ ਦਿੱਤਾ ਗਿਆ ਇਹਨਾਂ ਸੂਬਿਆਂ ਦੇ ਵਿੱਚ Rajasthan ਦੀ ਜੇਕਰ ਗੱਲ ਕਰੀਏ ਤਾਂ ਇਸ ਤੂਫਾਨ ਨੇ ਪੰਜ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਬਣਾ ਦਿੱਤੇ ਨੇ ਭਾਰੀ ਮੀਂਹ ਦੇ ਨਾਲ ਹੀ ਤੇਜ਼ ਹਵਾਵਾਂ ਚੱਲਣ ਕਾਰਨ ਸੈਂਕੜੇ ਪਿੰਡਾਂ ਦੀ ਬਿਜਲੀ ਗੁੱਲ ਹੈ ਹੁਣ ਤੱਕ ਸੂਬੇ ਵਿੱਚ 8 ਲੋਕਾਂ ਦੀ ਜਾਨ ਚ ਆ ਚੁੱਕੀ ਹੈ ਇਸੇ ਤਰ੍ਹਾਂ ਇੱਕ ਵਿਅਕਤੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਦ ਸਕੂਟੀ ਸਣੇ ਪਾਣੀ ਵਿੱਚ ਰੁੜ ਜਾਂਦਾ ਹੈ ਰਾਜਸਥਾਨ ਵਿੱਚ ਪਹਿਲੀ ਵਾਰ ਮਾਨਸੂਨ ਤੋਂ ਪਹਿਲਾਂ ਹਰ ਦੇ ਹਾਲਾਤ ਬਣ ਗਏ ਨੇ 4 ਦਿਨਾਂ ਵਿੱਚ ਇਸ ਤੂਫਾਨ ਨੇ ਕਈ ਇਲਾਕਿਆਂ ਵਿੱਚ ਇੰਨਾ ਮੀਂਹ ਵਰਸਾਇਆ ਕਿ ਮਾਨਸੂਨ ਸੀਜ਼ਨ ਦਾ ਕੋਟਾ ਹੀ ਪੂਰਾ ਹੋ ਗਿਆ ਬਾੜਮੀਰ ਪਾਲੀ ਰਾਜਸਮੰਦ ਰਾਜਸਮੰਦ ਭੀਲਵਾੜਾ ਅਜਮੇਰ ਦੇ ਕਈ ਇਲਾਕਿਆਂ 'ਚ ਹੜ੍ਹ ਜੇ ਹਾਲਾਤ ਬਣੇ ਹੋਏ ਨੇ ਬੀਤੀ 24 ਬੀਤੇ 24 ਘੰਟਿਆਂ ਦੇ ਵਿੱਚ ਪਾਲੀ ਦੇ ਮੋਠਾਣਾ ਦੇ ਵਿੱਚ 535 ਮਿਲੀਮੀਟਰ ਯਾਨੀ 21.3 ਇੰਚ ਬਾਰਿਸ਼ ਹੋ ਚੁੱਕੀ ਹੈ ਪਾਲੀ 'ਚ ਵੀ 12 ਇੰਚ ਮੀ ਪੈਣ ਦੀ ਜਿਹੜੀ ਹੈ ਦੱਸਿਆ ਗਿਆ ਮੀ ਪੈ ਚੁੱਕਾ ਹੈ ਬੁੰਦੀ ਅਜਮੇਰ ਭੀਲਵਾੜਾ ਦੇ ਸੈਂਕੜੇ ਪਿੰਡਾਂ ਵਿੱਚ ਬਿਜਲੀ ਗੁੱਲ ਹੈ ਹੁਣ ਤੱਕ ਸੂਬੇ ਵਿੱਚ 8 ਲੋਕਾਂ ਦੀ ਸ데 ਚਲਦੇ ਆ ਜਿਹੜੀ ਆ ਮੌਤ ਹੋ ਚੁੱਕੀ ਹੈ ਅਜਮੇਰ ਅਤੇ ਜੋਧਪੁਰ ਵਿੱਚ ਮੀਂਹ ਦਾ 100 ਸਾਲ ਦਾ ਰਿਕਾਰਡ ਜਿਹੜਾ ਹੈ ਟੁੱਟ ਚੁੱਕਾ ਹੈ ਮੌਸਮ ਵਿਭਾਗ ਨੇ ਕੋਟਾ 12 ਸਵਾਈ ਮਾਧਪੁਰ ਚ ਮੰਗਲਵਾਰ ਲਈ ਰੈਡ ਅਲਰਟ ਜਾਰੀ ਕੀਤਾ ਹੈ ਇਸ ਤੂਫਾਨ ਨਾਲ ਅਜਮੇਰ ਵਿੱਚ بارش ਦਾ 105 ਸਾਲ ਪੁਰਾਣਾ ਰਿਕਾਰਡ ਟੁੱਟਿਆ ਹੈ ਇੱਥੇ 17 ਜੂਨ 1917 ਵਿੱਚ 119.4 ਮਿਲੀਮੀਟਰ ਬਰਸਾਤ ਇੱਕ ਹੀ ਦਿਨ ਵਿੱਚ ਹੋਈ ਸੀ ਜੋ ਹੁਣ ਤੱਕ ਜੂਨ ਵਿੱਚ ਸਭ ਤੋਂ ਵੱਧ بارش ਹੋਣ ਦਾ ਰਿਕਾਰਡ ਸੀ ਜੋ ਕੱਲ ਟੁੱਟ ਚੁੱਕਾ ਹੈ। ਅਜਮੇਰ ਵਿੱਚ ਕੱਲ ਯਾਨੀ 18 ਜੂਨ ਦੇ ਸਵੇਰ 8:30 ਵਜੇ ਤੋਂ ਲੈ ਕੇ 19 ਜੂਨ 8:00 ਵਜੇ ਤੱਕ 24 ਘੰਟਿਆਂ ਦੌਰਾਨ 131.8 ਮਿਲੀਮੀਟਰ ਬਰਸਾਤ ਦਰਜ ਹੋਈ ਹੈ। ਅਜਮੇਰ ਵਿੱਚ بارش ਦਾ ਦੌਰ ਇਹੀ ਨਹੀਂ ਇੱਥੇ ਹੀ ਨਹੀਂ ਰੁਕਿਆ ਸਵੇਰੇ 8:30 ਵਜੇ ਤੋਂ ਲੈ ਕੇ ਸ਼ਾਮ 6 ਵਜੇ 100 ਮਿਲੀਮੀਟਰ ਬਰਸਾਤ ਦਰਜ ਹੋਈ ਹੈ ਇਸੇ ਤਰ੍ਹਾਂ ਜੋਧਪੁਰ ਵਿੱਚ ਵੀ 12 ਸਾਲ ਦਾ ਰਿਕਾਰਡ ਟੁੱਟਿਆ ਇੱਥੇ 17 ਜੂਨ ਨੂੰ 91.3 ਮਿਲੀਮੀਟਰ ਪਾਣੀ ਜਿਹੜਾ ਡਿੱਗਿਆ ਜਦਕਿ ਇਸ ਤੋਂ ਪਹਿਲਾਂ 28 ਜੂਨ 2016 ਵਿੱਚ ਲਗਭਗ 74 ਮਿਲੀਮੀਟਰ ਬਰਸਾਤ ਹੋਈ ਸੀ ਰਾਜਸਥਾਨ ਵਿੱਚ ਜਿਹੜਾ ਇਹ ਤੂਫਾਨ ਹੈ ਇਸਨੇ ਵੱਡਾ ਜਿਹੜਾ ਕਹਿਰ ਮਚਾਇਆ ਕਿਹਾ ਸਕਦੇ ਹਾਂ ਸੈਂਕੜੇ ਬਿਜਲੀ ਜੜੀ ਪਿੰਡਾਂ ਦੀ ਗੁੱਲ ਪਈ ਹੈ ਸਵੇਰੇ ਦੇ ਵਿੱਚ ਤੂਫਾਨ ਨਾਲ ਪਿਛਲੇ 4 ਦਿਨਾਂ ਦੇ ਵਿੱਚ ਹੁਣ ਤੱਕ ਔਸਤਨ 100 ਮਿਲੀਮੀਟਰ بارش ਜਿਹੜੀ ਹੋਈ ਹੈ ਜੋ ਕਿ ਇੱਕ ਮਾਨਸੂਨ ਸੀਜ਼ਨ 'ਚ ਹੋਣ ਵਾਲੀ ਔਸਤ بارش ਦਾ ਲਗਭਗ 24% ਦੇ ਬਰਾਬਰ ਹੈ ਰਾਜਸਥਾਨ ਵਿੱਚ ਮਾਨਸੂਨ ਸੀਜ਼ਨ 'ਚ ਔਸਤਨ 415 ਮਿਲੀਮੀਟਰ ਬਰਸਾਤ ਹੁੰਦੀ ਹੈ ਸ਼ੁਰੂਆਤੀ ਮਹੀਨੇ ਜੂਨ ਵਿੱਚ ਔਸਤਨ ਪੰਜਾਹ ਮਿਲੀਮੀਟਰ ਬਰਸਾਤ ਜਿਹੜੀ ਆ ਹੁੰਦੀ ਹੈ ਬੀਪਰ ਜੋਏ ਨੂੰ ਅਰਬ ਸਾਗਰ ਤੋਂ ਆਏ ਹੁਣ ਤੱਕ ਦੇ ਤੂਫਾਨਾਂ ਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਮੰਨਿਆ ਜਾ ਰਿਹਾ ਹੈ ਇਹ ਲਗਾਤਾਰ 13 ਦਿਨ ਐਕਟਿਵ ਰਿਹਾ ਇਸ ਨਾਲ ਸਭ ਤੋਂ ਜ਼ਿਆਦਾ ਬਾਰਿਸ਼ ਹੋਈ ਹੈ ਮੌਸਮ ਕੇਂਦਰ ਨੇ ਨਵੀਂ ਦਿੱਲੀ ਦੀ ਰਿਪੋਰਟ ਦੇ ਮੁਤਾਬਕ ਸਾਲ 2011 ਤੋਂ 2023 ਤੱਕ ਅਰਬ ਸਾਗਰ ਵਿੱਚ 20 ਤੋਂ ਜ਼ਿਆਦਾ ਚੱਕਰਵਾਤ ਜਿਹੜੇ ਤੂਫਾਨ ਆਏ ਨੇ ਇਸ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਅਤੇ ਸਭ ਤੋਂ ਜ਼ਿਆਦਾ ਸਮੇਂ ਤੱਕ ਐਕਟਿਵ ਰਹਿਣ ਵਾਲਾ ਤੂਫਾਨ ਬੀਪਰ ਜੋਏ ਹੈ 6 ਜੂਨ ਨੂੰ ਇਹ ਜਿਹੜਾ ਤੂਫਾਨ ਹੈ ਡਿਪਰੈਸ਼ਨ ਦੇ ਰੂਪ ਵਿੱਚ ਅਰਬ ਸਾਗਰ ਵਿੱਚ ਸ਼ੁਰੂ ਹੋਇਆ ਸੀ ਜੋ ਬਾਅਦ ਦੇ ਵਿੱਚ ਡੀਪ ਡਿਪਰੈਸ਼ਨ ਸਾਈਕਲੋਨ ਸਟਾਰਮ ਸੀਵੀਅਰ ਸਾਈਕਲੋਨ ਸਟਾਰਮ ਵੈਰੀ ਸੀਵੀਅਰ ਸਾਈਕਲੋਨ ਸਟਾਰਮ ਐਕਟਰੀਮਲੀ ਸੀਵੀਅਰ ਸਾਈਕਲੋਨ ਸਟਾਰਮ ਵਿੱਚ ਕਨਵਰਟ ਹੋਇਆ ਨਾਲ ਪਹਿਲਾਂ ਅਕਤੂਬਰ ਜਿਹੜਾ 2018 ਵਿੱਚ ਆਇਆ ਤੂਫਾਨ ਲੁਬਾਨ 10 ਦਿਨ ਅਤੇ ਅਕਤੂਬਰ ਨਵੰਬਰ 2019 ਵਿੱਚ ਆਇਆ ਤੂਫਾਨ ਕਿਆਰ 10 ਦਿਨ ਤੱਕ ਐਕਟਿਵ ਰਿਹਾ ਸੀ ਪਰ ਇਸਨੇ ਜਿਹੜਾ ਹੁਣ ਤਾਜ਼ਾ ਤੂਫਾਨ ਹੈ ਇਸਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਅਰਬ ਸਾਗਰ ਤੋਂ ਉੱਠਿਆ ਇਹ ਤੂਫਾਨ ਵਿਪਰਜੋਇ ਗੁਜਰਾਤ ਤੋਂ ਬਾਅਦ ਰਾਜਸਥਾਨ ਵਿੱਚ ਵਿੱਚ ਵੀ ਜਿਹੜਾ ਹੈ ਕਹਿਰ ਮਚਾ ਰਿਹਾ ਹੈ ਇਸ ਦੇ ਅਸਰ ਨਾਲ ਰਾਜ ਦੇ ਕਈ ਇਲਾਕਿਆਂ ਵਿੱਚ 24 ਘੰਟੇ ਤੋਂ بارش ਜਾਰੀ ਹੈ 40 ਘੰਟੇ ਤੋਂ ਬਾਰਿਸ਼ ਜਾਰੀ ਹੈ ਜਿਸ ਨਾਲ ਹੜ੍ਹ ਜੇ ਹਾਲਾਤ ਬਣ ਗਏ ਨੇ ਬਾੜਮੇਰ ਸਿਰੋਹੀ ਬਾਸਵਾੜਾ ਉਦੈਪੁਰ ਰਾਜਸਮੰਧ ਪਾਲੀ ਅਜਮੇਰ ਕੋਟਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਬਾਰਿਸ਼ ਨਾਲ ਜੰਜੀਵਨ ਜਿਹੜਾ ਹੈ ਬੁਰੀ ਤਰ੍ਹਾਂ ਅਸਤਵਿਅਸਤ ਹੋ ਗਿਆ ਹੈ ਇਹਨਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ਵਿੱਚ ਹੁਣ ਤੱਕ 10 ਤੋਂ ਲੈ ਕੇ 13 ਇੰਚ ਤੱਕ ਬਰਸਾਤ ਹੋ ਚੁੱਕੀ ਹੈ ਸਾਂਚੌਰ ਰਾਜਸਥਾਨ ਦਾ ਜੋ ਇਲਾਕਾ ਹੈ ਜਿੱਥੇ ਸਰਬ ਅਰਬ ਸਾਗਰ ਤੋਂ ਉੱਠੇ ਤੂਫਾਨ ਨੇ ਸਭ ਤੋਂ ਜ਼ਿਆਦਾ ਤਬਾਹੀ ਮਚਾਈ ਹੈ ਲਗਭਗ 36 ਘੰਟਿਆਂ ਤੱਕ ਲਗਾਤਾਰ ਇੰਨੀ بارش ਹੋਈ ਜਿ ਦੇਖਦੇ ਹੀ ਦੇਖਦੇ ਪੂਰਾ ਸ਼ਹਿਰ ਡੁੱਬ ਗਿਆ ਨਰਮਦਾ ਲਿਫਟ ਕੈਨਾਲ ਦੀ ਪਾਲ ਅਤੇ ਸੁਰਾਵਾ ਬੰਦ ਜਿਹੜਾ ਟੁੱਟਣ ਤੋਂ ਟੁੱਟਣ ਨਾਲ ਜਿਹੜਾ ਸੰਚੌਰ ਦੇ 25 ਪਿੰਡ ਉਸ ਪਾਣੀ ਵਿੱਚ ਸਮਾ ਗਏ ਨੇ ਰਾਜਸਥਾਨ ਗੁਜਰਾਤ ਤੋਂ ਬਾਅਦ ਜਿਹੜਾ ਬੀਪਰ ਜੋਏ ਹੈ ਉਸਨੇ ਹਰਿਆਣਾ ਵਿੱਚ ਵੀ ਪ੍ਰਵੇਸ਼ ਕਰ ਦਿੱਤਾ ਹੈ ਐਤਵਾਰ ਦੇਰ ਰਾਤ ਚੱਕਰਵਾਤ ਕਾਰਨ ਮੌਸਮ ਬਦਲ ਗਿਆ ਜਿਸ ਤੋਂ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਚੰਗੀ ਗੱਲ ਇਹ ਹੈ ਕਿ ਹਵਾਵਾਂ ਕਾਰਨ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਅਜੇ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ ਹਰਿਆਣਾ ਦੇ ਵਿੱਚ ਚੰਡੀਗੜ੍ਹ ਮੌਸਮ ਵਿਭਾਗ ਨੇ ਵੀ ਅੱਜ ਵੀ ਜਿਹੜਾ ਅੰਬਾਲਾ ਸਮੇਤ 6 ਸ਼ਹਿਰਾਂ ਨੂੰ ਔਰੇਂਜ ਅਲਰਟ ਉੱਤੇ ਰੱਖਿਆ ਹੈ ਇਹਨਾਂ ਵਿੱਚ ਕੈਥਲ ਥਾਨੇਸਰ ਗੋਹਾਲਾ ਪਿਓਵਾ ਸ਼ਾਬਾਦ ਅੰਬਾਲਾ ਸ਼ਹਿਰ ਸ਼ਾਮਲ ਨੇ ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ ਇੱਥੇ ਗਰਜ ਅਤੇ ਬਿਜਲੀ ਦੇ ਨਾਲ ਨਾਲ 60 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ ਬੀਪਰ ਜੋਏ ਦਾ ਅੰਸ਼ਿਕ ਪ੍ਰਭਾਵ ਹੋਰਨਾਂ ਸ਼ਹਿਰਾਂ ਵਿੱਚ ਵੀ ਦੇਖਣ ਨੂੰ ਮਿਲੇਗਾ ਇਸ ਲਈ ਉਹਨਾਂ ਥਾਵਾਂ ਲਈ yellow alert ਜਾਰੀ ਕੀਤਾ ਗਿਆ ਹੈ ਇਹਨਾਂ ਵਿੱਚ ਕੈਥਲ ਕਰਨਾਲ ਭੇਵਾ ਸ਼ਾਹਬਾਦ ਅੰਬਾਲਾ ਪੰਚਕੁੱਲਾ ਸ਼ਾਮਲ ਨੇ ਤੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਬਿਜਲੀ ਦੇ ਨਾਲ ਮੀਂਹ ਪੈਣ ਦੀ ਵੀ ਪੂਰੀ ਸੰਭਾਵਨਾ ਹੈ ਪੂਰੀ ਬਿਜਲੀ ਜੜੀ ਹੈ ਗੜਕ ਸਕਦੀ ਹੈ ਬਾਕੀ ਜ਼ਿਲ੍ਹਿਆਂ ਵਿੱਚ ਮੌਸਮ ਆਮ ਵਾਂਗ ਰਹੇਗਾ ਸੋ ਰਾਜਸਥਾਨ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿੱਥੇ ਬੀਪਰ ਜੋਏ ਤੂਫਾਨ ਨੇ ਵੱਡਾ ਕਹਿਰ ਮਚਾਇਆ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ ਹਰ ਦੇ ਹਾਲਾਤ ਜਿਹੜੇ ਨੇ ਬਣ ਚੁੱਕੇ ਨੇ ਹੁਣ ਤੱਕ ਸੈਂਕੜੇ ਪਿੰਡਾਂ ਦੀ ਜਿਹੜੀ ਹੈ ਬਿਜਲੀ ਗੁੱਲ ਹੈ ਲਗਾਤਾਰ ਮੌਸਮ ਦੇ ਚੱਲਦਿਆਂ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਘਬਰਾਹਟ ਵੀ ਪਾਈ ਜਾ ਰਹੀ ਹੈ ਤੇ ਉਹ ਸੁਰੱਖਿਅਤ ਥਾਵਾਂ ਤੇ ਜਾਣ ਲਈ ਵੀ ਜਿਹੜਾ ਹੈ ਕਦਮ ਚੁੱਕ ਰਹੇ ਨੇ ਕਈ ਇਲਾਕਿਆਂ ਦੇ ਵਿੱਚ ਬੁਰੀ ਤਰ੍ਹਾਂ ਪਾਣੀ ਭਰਿਆ ਹੋਇਆ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਸੋ ਇਸ ਤਰ੍ਹਾਂ ਵੱਡਾ ਕਹਿਰ ਰਾਜਸਥਾਨ ਦੇ ਵਿੱਚ ਬੀਪਰ ਚੋਹੇ ਬੀਪਰ ਜੋਏ ਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਹੁਣ ਹਰਿਆਣਾ ਦੇ ਵਿੱਚ ਵੀ ਅਲਰਟ ਜਿਹੜਾ ਹੈ orange alert ਜਾਰੀ ਕੀਤਾ ਗਿਆ ਹੈ